ਹਾਜ਼ਰ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ। ਸੋ ਇੱਕ ਗੁਜ਼ਾਰਿਸ਼ ਬੇਨਤੀ ਹੈ ਜੀ ਕਿ ਸਾਡੇ ਨਗਰ ਮਾਜਰੀ ਵਿਖੇ ਸਰਪੰਚ ਸਾਹਿਬ ਸ੍ਰੀ ਜਗਦੀਪ ਰਾਣਾ ਜੀ ਅਤੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ, ਤੁਸੀਂ ਜਿਵੇਂ ਜਾਣੂਗੇ ਜੀ, ਸਾਡੇ ਇੱਕ ਇਤਿਹਾਸਿਕ ਤਲਾਬ ਹੈ ਜੀ, ਜਿਹਦੇ ਵਿੱਚ ਪੰਚਾਇਤ ਨਗਰ ਨਿਵਾਸੀ ਸਮੂਹ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਵੱਲੋਂ ਵੱਡੇ ਉਪਰਾਲੇ ਕਰਕੇ ਪਹਿਲਾਂ ਵੀ ਜਿਹੜਾ ਤਲਾਬ ਹੈ ਜੀ ਇੱਕ ਵਿਰਾਸਤੀ ਰੂਪ ਇਹਨੂੰ ਦਿੱਤਾ ਗਿਆ ਜੀ। ਇਹਦੇ ਵਿੱਚ ਜਿੰਮ ਵਗੈਰਾ, ਲਾਈਟਾਂ ਵਗੈਰਾ, ਸਾਰਾ ਕੁਛ ਜਿਹੜਾ ਹੈ ਪਾਣੀ ਦਾ, ਸਾਫ਼ ਸਫਾਈ ਦਾ ਅਰੇਂਜਮੈਂਟ ਸਰਪੰਚ ਸਾਹਿਬ ਵੱਲੋਂ ਕੀਤਾ ਗਿਆ ਹੈ ਅਤੇ ਅੱਜ ਤੁਹਾਨੂੰ ਜਾਣਕਾਰੀ ਦੇ ਰਿਹਾ, ਤੁਹਾਡੇ ਨਾਲ ਖੁਸ਼ੀ ਸਾਂਝੀ ਕਰ ਰਹੇ ਹਾਂ ਕਿ ਸਾਡੇ ਸਰਪੰਚ ਸਾਹਿਬ ਸ੍ਰੀ ਜਗਦੀਪ ਰਾਣਾ ਜੀ ਸਰੂ ਗ੍ਰਾਮ ਪੰਚਾਇਤ ਨਗਰ ਨਿਵਾਸੀ ਅਤੇ ਸਹਿਯੋਗੀਆਂ ਦੇ ਸਹਿਯੋਗ ਸਦਕਾ ਇਹ ਇੱਕ ਜਿਹੜਾ ਫੁਹਾਰੇ ਦਾ ਜਿਹੜਾ ਉਹ ਹੈ ਜੀ, ਇਹ ਉਪਰਾਲਾ ਕੀਤਾ ਗਿਆ ਹੈ ਜਿਸ ਨੂੰ ਬੂਰ ਪਿਆ ਹੈ। ਇਹ ਸਰਪੰਚ ਸਾਹਿਬ ਨੂੰ ਹੁਣ ਬੇਨਤੀ ਕਰਦੇ ਹਾਂ, ਪੁੱਛਣਾ ਚਾਹੁੰਦੇ ਹਾਂ ਜੀ ਇਹ ਵੀ ਕਿੰਨੀ ਤੁਸੀਂ ਕੋਸ਼ਿਸ਼ ਕਰੀ, ਇਹਦੇ ਬਾਰੇ ਕੁਛ ਜਾਣਕਾਰੀ ਸਾਂਝੀ ਕਰੋ ਜੀ ਸਰਪੰਚ ਸ੍ਰੀ ਜਗਦੀਪ ਰਾਣਾ ਜੀ। ਪਹਿਲੇ ਮੈਂ ਦੱਸਣਾ ਚਾਹੂੰਗਾ ਜਿਹੜਾ ਸਾਡਾ ਤਲਾਬ ਬਣਿਆ ਵਾ ਇਹ ਸਾਰਾ ਕੰਮ ਆ ਤੋਂ 2.5-3 ਸਾਲ ਪਹਿਲਾਂ ਨਰੇਗਾ ਤਹਿਤ ਹੋਇਆ ਹੈ। ਸਾਡੇ ਨਗਰ ਵਿੱਚ ਵੱਲੋਂ ਵੀ ਬਹੁਤ ਸਹਿਯੋਗ ਕੀਤਾ ਗਿਆ ਇਹਦੇ ਵਿੱਚ, ਅਤੇ ਪਿੱਛੇ ਤੋਂ ਅਸੀਂ ਪਾਰਕ ਦੇਖਦੇ, ਇੱਥੇ ਅਸੀਂ ਖੜ੍ਹੇ ਜਿੰਮ ਦੇਖਦੇ ਹੈ। ਲੇਕਿਨ ਇਹ ਤਲਾਬ ਦੇ ਵਿੱਚ ਪਾਣੀ ਜਿਹੜਾ ਖੇਤਾਂ ਵਿੱਚ, ਖੇਤਾਂ ਦਾ ਪਾਣੀ ਪੈਂਦਾ ਹੈ ਅਤੇ ਇੱਕ ਦਿੱਕਤ ਆਉਂਦੀ ਹੈ ਪਾਣੀ ਖੜ੍ਹਾ ਹੋਣੇ ਦੇ ਕਾਰਨ। ਇਹਦੇ ਵਿੱਚ ਕੁਛ ਦੇਰ ਤੋਂ ਬਾਅਦ ਤਾਂ ਸੰਬਾਇਲ ਵਗੈਰਾ ਜੀ ਹੋਣੇ ਦੀ ਡਰ ਰਹਿੰਦਾ ਹੈ। ਹਾਂਜੀ, ਪਾਣੀ ਤਾਂ ਅਸੀਂ ਪਾਉਂਦੇ ਰਹਿੰਦੇ ਹਾਂ, ਲੇਕਿਨ ਸਾਡੀ ਬਹੁਤ ਦੇਰ ਦੀ ਇੱਛਾ ਸੀ ਵੀ ਇਹਦੇ ਵਿੱਚ ਇੱਕ ਫੁਹਾਰਾ ਸਿਸਟਮ ਲਾਇਆ ਜਾਵੇ ਜੀ, ਜਿਹੜਾ ਕਿ ਦੇਖਣ ਨੂੰ ਵੀ ਖੂਬਸੂਰਤ ਲੱਗੇ ਅਤੇ ਉਹਦੇ ਨਾਲ ਨਾਲ ਜਿਹੜਾ ਪਾਣੀ ਹੈ ਸਾਡਾ ਸ਼ੁੱਧ ਰਹੇ। ਤਾਂ ਇਹ ਸਾਡੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਅੱਜ ਫੁਹਾਰਾ ਸਿਸਟਮ ਲੱਗ ਰਿਹਾ ਹੈ, ਇਹ ਤਕਰੀਬਨ 4-4.5 ਲੱਖ ਦੀ ਸਾਡਾ ਖਰਚਾ ਆ ਰਿਹਾ, ਵੱਡਾ ਪ੍ਰੋਜੈਕਟ ਹੈ ਜੀ ਇਹ। ਹਾਂਜੀ, ਅਤੇ ਇਹਦੇ ਵਿੱਚ ਕਾਫੀ ਬੜੀ ਮੋਟਰ ਲਗਾਈ ਗਈ ਹੈ ਅਤੇ ਤੁਸੀਂ ਦੇਖੋਗੇ ਲਾਈਟਾਂ ਵਗੈਰਾ ਸਾਰਾ ਸਿਸਟਮ ਲਾ ਕੇ ਬਹੁਤ ਵਧੀਆ ਢੰਗ ਨਾਲ ਬਣਿਆ ਇਹ। ਇਹ ਜਿਹੜਾ ਪ੍ਰੋਜੈਕਟ ਹੈ ਅਸੀਂ ਬਹੁਤ ਦੂਰੋਂ ਪਤਾ ਕਰਕੇ ਦਿੱਲੀ ਤੋਂ ਮੰਗਾਇਆ ਅਤੇ ਹੁਣ ਤਲਾਬ ਦੇ ਸੈਂਟਰ ਵਿੱਚ ਲੱਗੇਗਾ, ਮੇਰੇ ਖਿਆਲ 1-2 ਦਿਨ 'ਚ ਸਟਾਰਟ ਹੋ ਜਾਏਗਾ। ਅਤੇ ਇਹਦੇ ਨਾਲ ਸਾਡੇ ਜਿਹੜਾ ਪਾਣੀ ਹੈ ਤਲਾਬ ਦਾ ਉਹ ਸ਼ੁੱਧ ਰਹੂੰਗਾ ਅਤੇ ਦੂਸਰੇ ਜਿਹੜੀ ਸਾਡੀ ਲੇਡੀਜ਼ ਆ, ਬੱਚੇ ਇੱਥੇ ਘੁੰਮਦੇ ਸੈਰ ਕਰਦੇ ਆ, ਉਹਨਾਂ ਨੂੰ ਦੇਖਣ ਯੋਗੀ ਚੀਜ਼ ਬਣੇਗੀ। ਇਹ ਜਦੋਂ ਇਹ ਚੱਲੇਗਾ ਤਾਂ ਦੁਬਾਰਾ ਸਾਨੂੰ ਅਸੀਂ ਦਿਖਾਉਂਗੇ। ਇਹ ਜੋ ਕੁਛ ਹੋ ਰਿਹਾ ਹੈ ਇਹ ਸਾਡੇ ਜਿਹੜੇ ਨਗਰ ਨਿਵਾਸੀ ਹੈ, ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੂੰਗਾ। ਜਦੋਂ ਅਸੀਂ ਛੋਟੀ ਜਿਹੀ ਗੱਲ ਕੋਈ ਮੂੰਹ ਤੋਂ ਕੱਢਦੇ ਹੈ, ਇਹ ਸਾਡੇ ਕੋਲ ਉਸੀ ਟਾਈਮ ਜਿਹੜਾ ਇਹਦਾ ਹੈ ਖਰਚਾ ਜੋ ਹੋਣਾ ਸਾਡੇ ਕੋਲ ਪੂਰਾ ਹੋ ਜਾਂਦਾ। ਅਤੇ ਬਹੁਤ ਬਹੁਤ ਧੰਨਵਾਦ ਕਰਦਾ, ਸਾਡਾ ਅੱਜ ਪ੍ਰੋਜੈਕਟ ਸਿਰੇ ਚੜ੍ਹ ਰਿਹਾ ਹੈ ਅਤੇ ਮੇਰਾ ਖਿਆਲ ਹੈ 1-2 ਦਿਨ 'ਚ ਸਟਾਰਟ ਹੋ ਜਾਏਗਾ ਅਤੇ ਉਹਦੇ ਬਾਅਦ ਜੋ ਚੱਲਦਾ ਹੋਊਗਾ ਤਾਂ ਅਸੀਂ ਦੁਬਾਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗੇ। ਬਹੁਤ ਬਹੁਤ ਧੰਨਵਾਦ। ਸੋ ਥੈਂਕ ਯੂ, ਸ਼ੁਕਰੀਆ ਜੀ ਸਰਪੰਚ ਸਾਹਿਬ। ਵੈਸੇ ਤੁਹਾਡੇ ਬਹੁਤ ਵੱਡੇ ਉਪਰਾਲੇ ਨੇ ਅਤੇ ਇੱਕ ਨਾਲ ਨਾਲ ਖੁਸ਼ੀ ਵੀ ਹੈ, ਜਿੱਦਾਂ ਹੁਣ 26 ਜਨਵਰੀ ਦਾ ਤਿਉਹਾਰ ਜਿਹੜਾ ਮਨਾਇਆ ਗਿਆ ਵੱਡੇ ਲੈਵਲ ਤੇ, ਤੁਹਾਨੂੰ ਵੀ ਸੱਦਾ ਪੱਤਰ ਗਿਆ, ਤੁਸੀਂ ਵੀ ਇੱਕ ਖਾਸ ਤੌਰ ਤੇ ਮਹਿਮਾਨ ਹੋ ਕੇ ਉੱਥੇ ਪਹੁੰਚੇ ਹੈ ਜੀ। ਸੋ ਧੰਨਵਾਦ ਹੈ ਜੀ ਸਾਰੇ ਨਗਰ ਨਿਵਾਸੀ ਸਰਪੰਚ ਸਾਹਿਬ ਸਮੁੱਚੀ ਗ੍ਰਾਮ ਪੰਚਾਇਤ ਦਾ ਸ਼ੁਕਰੀਆ। ਮੈਂ ਹੋਰ ਗੱਲ ਕਹਿਣੀ ਚਾਹੂੰਗਾ, ਹਾਂਜੀ, ਇਹ ਜਿਹੜੇ ਛੋਟੇ ਛੋਟੇ ਪ੍ਰੋਜੈਕਟ ਹੁੰਦੇ ਆ ਇਹ ਸਾਨੂੰ ਸਰਕਾਰ ਵੱਲੋਂ ਬਹੁਤ ਉਮੀਦਾਂ ਹੁੰਦੀਆਂ ਤੇ ਇਸੀ ਕਾਰਨ ਸਾਨੂੰ ਆਤਮ ਨਿਰਭਰ ਪੰਚਾਇਤ ਦਾ ਅਵਾਰਡ 2 ਵਾਰੀ ਮਿਲ ਚੁੱਕਿਆ ਹੈ। ਆਤਮ ਨਿਰਭਰ ਦਾ ਮਤਲਬ ਹੁੰਦਾ ਕਿ ਅਸੀਂ ਨਗਰ ਨਿਵਾਸੀਆਂ ਦੇ ਸਿਰ ਤੇ ਕੰਮ ਸ਼ੁਰੂ ਕਰ ਲੈਂਦੇ, ਸਾਡਾ ਸਿਰੇ ਚੜ੍ਹ ਜਾਂਦਾ ਤੇ ਸਾਡੀ ਸਰਕਾਰ ਵੀ ਸਾਡੀ ਹੈਲਪ ਕਰਦੀ ਰਹਿੰਦੀ ਹੈ। ਤੇ ਐਸੀ ਤਰ੍ਹਾਂ ਸਾਡਾ ਜਿਹੜਾ ਪ੍ਰੋਜੈਕਟ ਹੈ ਇਹ ਨਗਰ ਨਿਵਾਸੀਆਂ ਸਿਰੇ ਨਾਲ ਸਾਡਾ ਸਿਰੇ ਚੜ੍ਹਨ ਜਾ ਰਿਹਾ ਹੈ ਤੇ ਸਭ ਦਾ ਬਹੁਤ ਬਹੁਤ ਧੰਨਵਾਦ।